ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਉਹਦੀ ਜ਼ਿੰਦਗੀ ਦਾ ਨਿਯਮ ਸੀ ਕਿ ਉਹ ਜਦੋਂ ਸਵੇਰੇ ਇਸ਼ਨਾਨ ਕਰਦਾ ਉਸ ਤੋਂ ਬਾਅਦ 1 ਘੰਟਾ ਉਹ ਦਾਨਪੁਨ ਕਰਿਆ ਕਰਦਾ। ਉਹ ਹੀਰੇ, ਜਵਾਹਰ, ਸੋਨਾ, چاندی ਜੋ ਵੀ ਉਹਦੇ ਹੱਥ ਆਉਂਦਾ ਉਹ ਦਾਨ ਕਰਿਆ ਕਰਦਾ। ਪਰ ਉਹਨੂੰ ਨਾਲ ਘੋੜੇ ਰੱਖਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਉਹ ਘੋੜਿਆਂ ਦੇ ਵਿੱਚ ਆਪਣਾ ਜ਼ਿਆਦਾ ਕਰ ਸਮਾਂ ਬਤੀਤ ਕਰਿਆ ਕਰਦਾ। ਇੱਕ ਦਿਨ ਉਹ ਆਪਣੇ ਘੋੜੇ ਵੇਖਣ ਲਈ ਜਾਂਦਾ ਉਥੇ ਇੱਕ ਸੰਤ ਫਕੀਰ ਆਕੇ ਤੇ ਉਹਦੇ ਅੱਗੇ ਦਰਖਵਾਸ ਕਹਿ ਲੋ ਕਰ ਤੇ ਆਬ ਮੈਨੂੰ ਦਾਨ ਦੇ। ਰਾਜੇ ਨੇ ਅੱਗੋ ਕਿਹਾ ਵੀ ਮੈਂ ਤੇ ਆਪਣੇ ਘੋੜਿਆਂ ਦੇ ਵਿੱਚ ਮਸ਼ਰੂਫ ਹਾਂ। ਮੇਰੇ ਦਾਨ ਕਰਨ ਦਾ ਸਮਾਂ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਆ। ਇਸ ਸਮੇਂ ਮੇਰੇ ਹੱਥ ਕੁਝ ਵੀ ਨਹੀਂ ਹੈਗਾ। ਮੈਂ ਆਮ ਜਿਹੇ ਕੱਪੜੇ ਪਾਏ ਨੇ ਤੇ ਇੱਥੇ ਮੇਰੇ ਕੋਲ ਕੁਝ ਨਹੀਂ। ਤੁਸੀਂ ਜਾਓ ਸਵੇਰ ਵੇਲੇ ਆਓ ਤੇ ਮੈਂ ਤੁਹਾਨੂੰ ਦਾਨ ਦੇ ਦਾਂਗਾ। ਪਰ ਉਸ ਸੰਤ ਜੀ ਜਿਹੜੇ ਸਨ ਉਹ ਜੇਹਦ ਪੜ ਕੇ ਬਹਿ ਕੇ ਕਿ ਨਹੀਂ ਤੂੰ ਮੈਨੂੰ ਕੁਝ ਦਾਨ ਕਰ ਮੈਂ ਤੇਰੇ ਤੋਂ ਦਾਨ ਲੈ ਕੇ ਜਾਣਾ। ਉਥੇ ਜਿਹੜੇ ਹੋਰ ਉਹਨਾਂ ਦੇ ਕੋਲ ਕਰਮਚਾਰੀ ਖੜੇ ਸੀ ਨਾ ਜਿਹੜੇ ਸੇਵਕ ਖੜੇ ਸੀ ਉਹਨਾਂ ਹੱਸ ਕੇ ਆਖਿਆ ਵੀ ਆ ਘੋੜੇ ਦੀ ਲਿੱਦ ਪਈ ਹੈ ਇਹ ਹੀ ਚੋਲੀ ਪਾदो ਅਗੋਂ ਰਾਜੇ ਨੇ ਵੀ ਵਿਅੰਗ ਕੱਸਨ ਲਈ ਉਥੋਂ ਘੋੜੇ ਦੀ ਲਿੱਦਾ ਇੱਕ ਵੱਡਾ ਸਰਾ ਉਹਨਾਂ ਬੱਠਲ ਭਰਿਆ ਤੇ ਉਹ ਜਿਹੜੇ ਸੰਤ ਫਕੀਰ ਸਨ ਉਹਨਾਂ ਦੀ ਚੋਲੀ ਛਾ ਦਿੱਤਾ ਸੰਤ ਫਕੀਰ ਵੀ ਹੱਸ ਕੇ ਤੇ ਉਹ ਬੱਠਲ ਆਪਣੀ ਚੋਲੀ ਪਵਾ ਕੇ ਤੇ ਅੱਗੇ ਚਲੇ ਗਏ ਕਹਿੰਦੇ ਉਹਨਾਂ ਇੱਕ ਜੰਗਲ ਦੇ ਵਿੱਚ ਉੱਥੇ ਬੈਠ ਕੇ ਤੇ ਵਾਇਕ੍ਰੋ ਦੀ ਬੰਦਗੀ ਕਰਿਆ ਕਰਦੇ ਸੀ ਕਿੰਦੇ ਉਸੇ ਜੰਗਲ ਦੇ ਵਿੱਚ ਉਹ ਜਿਹੜਾ ਰਾਜਾ ਸੀ ਇੱਕ ਦਿਨ ਸ਼ਿਕਾਰ ਖੇਡਣ ਗਿਆ ਰਾਜਾ ਦੇਖਦਾ ਹੈ ਵੀ ਜੰਗਲ ਦੇ ਵਿੱਚ ਜਾਨਵਰ ਬੜੇ ਜ਼ਿਆਦਾ ਘਟ ਨੇ ਭਾਵੇਂ ਜਾਨਵਰ ਤਾਂ ਵਿੱਚ ਵਿਚਾਲੇ ਰਹਿੰਦੇ ਨੇ ਪਰ ਉਹ ਕੀ ਦੇਖਦਾ ਹੈ ਵੀ ਅੱਧੇ ਤੋਂ ਜ਼ਿਆਦਾ ਜੰਗਲ ਜਿਹੜਾ ਉਹ ਕੋੜੇ ਦੀ ਲਿੱਦ ਨਾਲ ਭਰਿਆ ਹੋਇਆ ਤੇ ਕੋੜਾ ਇੱਥੇ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ ਉਹ ਹੌਲੀ ਹੌਲੀ ਚੱਲਣਾ ਸ਼ੁਰੂ ਕਰਦੇ ਨੇ ਹੌਲੀ ਹੌਲੀ ਉੱਥੋਂ ਤੱਕ ਪਹੁੰਚ ਜਾਂਦੇ ਨੇ ਜਿੱਥੋਂ ਢੇਰ ਦਾ ਆਰੰਭ ਹੋਇਆ ਦੇਖਦੇ ਨੇ ਅੱਗੇ ਇੱਕ ਸੰਤ ਫਕੀਰ ਉੱਥੇ ਬੈਠ ਕੇ ਤੇ ਨਾਮ ਜਪਦੇ ਪਏ ਨੇ ਸੰਤ ਫਕੀਰ ਜਿਹੜੇ ਨਾਮ ਜਪਦੇ ਪਏ ਸੀ ਇਸ ਕਰਕੇ ਅੱਖਾਂ ਬੰਦ ਸਨ ਉਹ ਜਿਹੜਾ ਰਾਜੇ ਤੇ ਉਹਦੇ ਨਾਲ ਸੇਵਕ ਸਨ ਅੱਗੇ ਬੈਠ ਜਾਂਦੇ ਨੇ ਅੱਗੇ ਬੈਠੇ ਦੇਖਦੇ ਨੇ ਬੜਾ ਸਾਰਾ ਘਾਹ ਸਾਰੇ ਜਣੇ ਮਿਲ ਕੇ ਤੋਂ ਘਾਹ ਵੜਨਾ ਆਰੰਭ ਕਰ ਦਿੰਦੇ ਨੇ ਉਹ ਤੋਂ ਸਾਫ਼ ਸੁਥਰੀ ਥਾਂ ਬਣਾ ਦਿੰਦੇ ਨੇ ਚਿਰਤ ਕੋਲ ਥੋੜਾ ਜਿਹਾ ਜਲ ਕਣ ਮੰਡਲ ਪਿਆ ਹੁੰਦਾ ਉਹ ਚ ਜਲ ਲਿਆ ਕੇ ਤੇ ਉੱਤੇ ਰੱਖ ਦਿੰਦੇ ਨੇ ਸੇਵਾ ਕਰ ਦਿੰਦੇ ਨੇ ਸੰਤ ਜੀ ਜੀ ਤੋਂ ਅੱਖਾਂ ਖੋਲਦੇ ਨੇ ਤੇ ਉਹਨਾਂ ਨੂੰ ਕਹਿੰਦੇ ਵੀ ਆਓ ਦੱਸੋ ਕਿਵੇਂ ਆਉਣਾ ਹੋਇਆ ਕਹਿੰਦੇ ਸੰਤ ਜੀ ਅਸੀਂ ਨਾ ਇੱਥੇ ਜੰਗਲ ਤੋਂ ਲੰਘ ਰਹੇ ਸੀ ਤੇ ਅਸੀਂ ਦੇਖਿਆ ਵੀ ਇੱਥੇ ਬੜੀ ਸਾਰੀ ਲਿੱਦ ਪਈ ਹੋਈ ਏ ਤੇ ਲਿੱਦ ਦੇ ਅੱਗੇ-ਅੱਗੇ ਆਉਂਦੇ ਅਸੀਂ ਤੁਹਾਡੇ ਕੋਲ ਪਹੁੰਚ ਗਏ ਅਸੀਂ ਜਾਨਣਾ ਚਾਹੁੰਨੇ ਆ ਵੀ ਤੇ ਕੋੜਾ ਤੇ ਕੋਈ ਹੈ ਨਹੀਂ ਪਰ ਇੰਨੀ ਲਿੱਦ ਕਿਵੇਂ ਦਿਨ-ਦਿਨ ਪ੍ਰਤੀ ਦਿਨ ਇੰਨੀ ਜ਼ਿਆਦੀ ਆ ਗਈ ਤਗੋ ਰਾਜੇ ਨੇ ਹੱਸ ਕੇ ਕਿਹਾ ਇਸ ਨਗਰ ਦੇ ਰਾਜੇ ਨੇ ਨਾ ਮੈਨੂੰ ਦਾਨ ਕੀਤਾ ਸੀ ਤੇ ਆਪਾਂ ਜੋ ਵੀ ਚੀਜ਼ ਕਿਸੇ ਨੂੰ ਦਾਨ ਕਰਦੇ ਹਾਂ ਉਹ ਰੋਜ਼ ਜਿਹੜੀ ਆ ਉਹ 100 ਗੁਣਾ ਵੱਧ ਜਾਂਦੀ ਹੈ ਤੇ ਅਗਲੇ ਦਿਨ ਉਹ 100 ਗੁਣਾ ਵਧੀ ਨੂੰ ਹੋਰ ਵਿਆਜ ਲਾ ਕੇ ਧੋ ਵੱਧਦੀ ਰਹਿੰਦੀ। ਉਸ ਦਿਨ ਉਹਨੇ ਮੈਨੂੰ 1/1 ਲੈਦਾ ਦਿੱਤਾ ਸੀ ਤੇ ਉਹ ਵੱਧ ਵੱਧ ਕੇ ਐਨਾ ਹੋ ਗਿਆ। ਉਹ ਕਹਿੰਦੇ ਅੱਛਾ ਪਰ ਕਿੰ ਸੰਤ ਜੀ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਵੀ ਜਿੰਨੀ ਇਹ ਲਿੱਦ ਇਕੱਠੀ ਹੁੰਦੀ ਹੈ ਨਾ ਉਹ ਰਾਜੇ ਨੇ ਓਨੀ ਲਿੱਦ ਖਾਣੀ ਵੀ ਪੈਣੀ। ਜਦੋਂ ਇਹ ਗੱਲ ਕਹੀ ਤੇ ਰਾਜੇ ਨੇ ਆਪਣੇ ਸਿਰ ਤੋਂ ਜਿਹੜੀ ਪੱਗ ਜੀ ਬੰਨੀ ਹੋਈ ਸੀ ਲਾ ਕੇ ਤੇ ਉਸ ਸੰਤ ਜੀ ਦੇ ਚਰਨਾਂ 'ਚ ਰੱਖਦੀ। ਕਹਿੰਦੀ ਸੰਤ ਜੀ ਮਾਫ ਕਰਿਓ ਉਹ ਰਾਜਾ ਮੈਂ ਹੀ ਆ। ਮੈਂ ਤੇ ਜਾਣੇ ਜਾਣੇ ਐਵੇਂ ਕਰ ਦਿੱਤਾ ਸੀ ਮੈਨੂੰ ਨਹੀਂ ਸੀ ਪਤਾ ਵੀ ਆਪਣੇ ਹੱਥੀ ਕੀਤਾ ਗਿਆ ਦਾਨ ਇੰਨਾ ਜ਼ਿਆਦਾ ਵੱਧ ਹੈ ਤੇ ਉਹ ਦਾਨ ਅੱਗੇ ਵਿਆਜ ਲੱਗ ਕੇ ਵੀ ਆਪਾਂ ਨੂੰ ਮਿਲਦਾ ਹੈ ਕਿ ਆ ਸੰਤ ਜੀ ਫਿਰ ਹੁਣ ਕੋਈ ਦਾ ਹੱਲ ਦੱਸੋ ਸੰਤ ਜੀ ਨੇ ਹੱਸ ਕੇ ਕਿਹਾ ਭਗਤਾ ਖਾਣਾ ਤੇ ਤੈਨੂੰ ਪੈਣਾ ਹੀ ਹੈ ਮਨੁੱਖ ਜੋ ਵੀ ਦਾਨ ਕਰਦਾ ਜੇਕਰ ਉਹ ਕਪੜਾ ਦਾਨ ਕਰਦਾ ਉਹ ਕਿਸੇ ਨਾ ਕਿਸੇ ਰੂਪ ਵਿੱਚ ਆ ਕੇ ਉਹਦਾ ਤਨ ਤੱਕਦਾ ਹੀ ਤੱਕਦਾ ਜੇ ਕੋਈ ਚੌਲ ਆਟਾ ਗੁੜ ਕੋਈ ਵੀ ਚੀਜ਼ ਐਸੀ ਦਾਨ ਕਰਦਾ ਤੇ ਉਹਦੇ ਘਰ ਉਹ ਮੁੜ ਕੇ ਆਉਂਦੀ ਜਾਂਦੀ ਹੈ ਉਹ ਬਰਕਤ ਵਧਾਉਂਦੀ ਵਧਾਉਂਦੀ ਜੇਕਰ ਆਪਾਂ ਕਿਸੇ ਦੀ ਮਾਇਆ ਨਾਲ ਮਦਦ ਕਰਦੇ ਆਂ ਤੇ ਉਹ ਕਈ ਨਵੇਂ ਰਾਹ ਲੱਭ ਕੇ ਆਪਣੇ ਘਰ ਮਾਇਆ 'ਚ ਬਰਕਤ ਹੁੰਦੀ ਜੇਕਰ ਤੁਸੀਂ ਕਿਸੇ ਨੂੰ ਜਾਲ ਵੀ ਪਿਉਂਦੇ ਹੋ ਨਾ ਤੇ ਉਹਦੀ ਅਸੀਸ ਵੀ ਤੁਹਾਡੇ ਘਰ ਆ ਕੇ ਤੁਹਾਡੇ ਘਰ ਬਰਕਤ 'ਚ ਵਾਦਾ ਕਰਦੀ ਉਹ ਕਹਿੰਦੇ ਸੰਤ ਜੀ ਫਿਰ ਹੁਣ ਦੱਸੋ ਮੈਂ ਕੀ ਕਰਾਂ ਸੰਤ ਜੀ ਕਹਿੰਦੇ ਹਰ ਇੱਕ ਚੀਜ਼ ਦਾ ਹੱਲ ਜੁਗਤ ਨਾਲ ਹੁੰਦਾ ਚਲ ਤੂੰ ਐਵੇਂ ਕਰ ਤੂੰ ਨਾ ਸਵੇਰੇ ਕੀ ਕਰੀਂ ਆਪਣੇ ਨਗਰ ਦੀ ਕੋਈ ਵੀ ਜੜੀ ਦਾਸੀ ਹੋਏਗੀ ਜੋ ਤੇਰੇ ਦਰਬਾਰ ਚ ਕੰਮ ਕਰਦੀ ਹੋਏਗੀ ਉਹਨੂੰ ਸਾਜੋ ਸ਼ਿੰਗਾਰ ਕਰਕੇ ਆਪਣੇ ਘੋੜੇ ਤੇ ਬਿਠਾ ਕੇ ਤੇ ਨਗਰ ਦੇ ਸ਼ੁਰੂਆਤੀ ਗੇੜੇ ਜਿਹੜਾ ਸ਼ੁਰੂਆਤ ਤੇਰਾ ਗੇਟ ਆ ਨਾ ਉਥੋਂ ਲੈ ਕੇ ਪੂਰੇ ਨਗਰ ਦਾ ਉਹਦੇ ਨਾਲ ਪ੍ਰਮਣ ਕਰੀ ਫਿਰ ਮੇਰੇ ਕੋਲ ਆ ਜਾਈ ਤੇ ਫਿਰ ਤੂੰ ਤੈਨੂੰ ਮੈਂ ਅਗਰਾ ਹਲ ਦੱਸਾਂ ਕਿੰਦਾ ਠੀਕ ਹੈ ਅਗਲੇ ਦਿਨ ਦੀ ਸ਼ੁਰੂਆਤ ਹੋਈ ਉਹਨੇ ਦਾਸੀ ਨੂੰ ਪੂਰੇ ਸਾਜੋ ਸ਼ਿੰਗਾਰ ਨਾਲ ਆਪਣੇ ਪਿੱਛੇ ਬਿਠਾ ਕੇ ਹੱਥ 'ਚ ਗਿਲਾਸ ਫੜ ਕੇ ਤੇ ਪੂਰੇ ਨਗਰ ਦਾ ਚੱਕਰ ਲਾਇਆ ਜਿੱਥੋਂ ਲੰਘਦਾ ਸਾਰੇ ਲੋਕ ਕਹਿੰਦੇ ਵੇਖੋ ਰਾਜਾ ਬਦਕਾਰ ਹੋ ਗਿਆ ਆਪਣੀ ਰਾਣੀ ਨੂੰ ਛੱਡ ਕੇ ਤੇ ਦਾਸੀ ਨੂੰ ਬਠਾਈ ਫਿਰਦਾ ਤੇ ਨਾਲ ਹੱਥ 'ਚ ਐਸੇ ਪਦਾਰਥ ਫੜੇ ਆ ਜਿਸ ਦੇ ਨਾਲ ਇਹਦਾ ਆਪਣਾ ਵੀ ਨੁਕਸਾਨ ਹੋਏਗਾ ਤੇ ਇਹਨੇ ਪ੍ਰਜਾ ਦੇ ਹਿੱਤਾਂ ਬਾਰੇ ਕੀ ਸੋਚਣਾ ਸਾਰੇ ਉਹਨੂੰ ਥੂ-ਥੂ ਤੇ ਕੋਈ ਛੀ-ਛੀ ਕਰਦਾ ਸਾਰੇ ਉਹਦੇ ਬਾਰੇ ਮਾੜਾ ਬੋਲਣ ਲੱਗੇ ਉਹ ਜਦੋਂ ਸਾਰੇ ਪਿੰਡ ਦਾ ਉਹਨੇ ਚੱਕਰ ਲਾ ਕੇ ਤੇ ਰਾਜੇ ਜਦੋਂ ਸੰਤ ਜੀ ਦੇ ਕੋਲ ਉਹ ਰਾਜਾ ਆਉਂਦਾ ਨਾ ਦੇਖਦਾ ਜਿਵੇਂ ਜਿਵੇਂ ਲੋਕੋ ਦੀ ਨਿੰਦਿਆ ਚੁਗਲੀ ਕਰਦੇ ਸੀ ਨਾ ਉਹ ਠੇਰ ਘਟਣ ਲੱਗ ਗਿਆ ਪਰ ਜਦੋਂ ਉਹ ਰਾਜੇ ਸੰਤ ਜੀ ਦੇ ਕੋਲ ਆਇਆ ਦੇਖਦਾ ਕਿ ਇੱਕ ਬੱਠਲ ਤਾਂ ਹਜੇ ਵੀ ਉੱਥੇ ਪਿਆ ਉਹ ਆ ਕੇ ਤੇ ਸੰਤ ਜੀ ਨੂੰ ਨਮਸਕਾਰ ਕਰਦਾ ਕਿ ਦੱਸ ਸੰਤ ਜੀ ਅੱਧਾ ਜੰਗਲ ਭਰਿਆ ਪਿਆ ਸੀ ਉਹ ਸਾਰਾ ਜਿਹੜਾ ਉਹ ਤਾਂ ਖਤਮ ਹੋ ਗਿਆ ਪਰ ਇਹ ਬੱਠਲ ਹਜੇ ਵੀ ਰਹਿ ਗਿਆ ਬੱਠਲ ਲਿੱਦ ਦਾ ਹਜੇ ਵੀ ਸੰਤ ਜੀ ਕਹਿੰਦੇ ਉਹ ਜਿੰਨੀ ਲੋਕਾਂ ਨੇ ਨਿੰਦਿਆ ਚੁਗਲੀ ਕੀਤੀ ਹੈ ਨਾ ਉਹਨਾਂ ਸਾਰਿਆਂ ਨੇ ਇਹ ਲਿੱਦ ਖਾਦੀ ਉਨਾ ਸਾਰਿਆਂ ਦੇ ਮੂੰਹ 'ਚ ਇਹ ਲਿੱਦ ਕੀ ਹੈ ਆਪਣੇ ਵਿੱਚੋਂ ਜੋ ਵੀ ਕਿਸੇ ਬਾਰੇ ਨਿੰਦਿਆ ਚੁਗਲੀ ਆਪਾਂ ਕਰਦੇ ਆਂ ਤਾਂ ਭਾਵ ਆਪਾਂ ਉਹੀ ਗੰਦ ਖਾ ਰਹੇ ਹੁੰਨੇ ਆਂ ਤੇ ਆਪਣੇ ਸਿਰ ਤੇ ਉਹ ਪਾਪ ਚੜਾ ਰਹੇ ਹੁੰਨੇ ਆਂ ਤੇ ਓਨੀ ਹੀ ਆਪਣੇ ਘਰ ਦੀ ਉਹ ਬਰਕਤ ਰਿਜਕ ਉਹ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਕੋਲੋਂ ਜਾ ਰਹੀ ਹੁੰਦੀ ਸੰਤ ਜੀ ਕਹਿੰਦੇ ਬੀਹੂ ਅੱਖਾਂ ਬੰਦ ਕਰਦੇ ਕਹਿੰਦੇ ਨਗਰ 'ਚ ਇੱਕ ਮਨੁੱਖ ਸੀ ਜਿਨੇ ਲਿੱਦ ਨਹੀਂ ਖਾਦੀ ਤੂੰ ਉਹਦੇ ਕੋਲ ਭੇਸ ਬਦਲ ਕੇ ਜਾ ਤੇ ਦੇਖ ਲਿਆ ਜੀ ਉਹ ਖੰਡਾ ਨਹੀਂ ਤਾਂ ਫਿਰ ਤੈਨੂੰ ਤਾਂ ਖਾਣੀ ਪੈਣੀ ਹੈ ਉਹ ਕਹਿੰਦਾ ਠੀਕ ਹੈ ਉਹਨਾ ਭੇਸ ਬਦਲ ਕੇ ਜਾਂਦਾ ਤੇ ਉਹਨਾਂ ਦੇ ਪਿੰਡ ਦਾ ਇੱਕ ਨਾ ਵੀ ਆਰੇ ਦਾ ਕੰਮ ਕਰਿਆ ਕਰਦਾ ਲੱਕੜਾਂ ਦਾ ਕੰਮ ਕਰਿਆ ਕਰਦਾ ਉਥੇ ਬੜੇ ਸਾਰੇ ਉਹਦੇ ਕੋਲ ਲੱਕੜਾਂ ਲੈ ਜਾਂਦਾ ਕਹਿੰਦਾ ਮੈਂ ਨਾ ਇੱਕ ਹੀ ਦਾ ਦਸਤਾ ਬਣਾਉਣਾ ਇਹ ਮੈਂ ਕੁਆੜੀ ਦਾ ਦਸਤਾ ਬਣਾਉਣਾ ਤੇ ਬਣਾ ਕੇ ਦੇ ਦੇ ਉਹ ਕਹਿੰਦਾ ਠੀਕ ਹੈ ਉਹਨੂੰ ਕਹਿੰਦਾ ਵੇਖਿਆ ਯਾ ਜ ਰਾਜਾ ਆਇਆ ਸੀ ਘੋੜੇ ਤੇ ਬਹਿ ਕੇ ਕਿਵੇਂ ਦਾਸੀ ਨੂੰ ਪਿੱਛੇ ਬਿਠਾਈ ਫਿਰਦਾ ਸੀ ਕਿਵੇਂ ਦੇ ਕੰਮ ਕਰਦਾ ਇੰਨੇ ਆਪਣਾ ਸਵਾ ਖਿਆਲ ਰੱਖਣਾ ਇੰਨੇ ਆਪਾਂ ਨੂੰ ਕੀ ਸਹੂਲਤਾਂ ਦੇਣੀਆਂ ਇਹਦੇ ਤੇ ਆਪਣੇ ਜੀਵਨ ਜਿਹੜਾ ਐਸ਼ ਪ੍ਰਸਤੀ ਦਾ ਗੁਜਰਨ ਤੇ ਬੜਾ ਬੋਲੀ ਗਿਆ ਇੱਕ ਘੰਟਾ ਲਗਾਤਾਰ ਜਦੋਂ ਬੋਲੀ ਗਿਆ ਕਹਿੰਦਾ ਤੂੰ ਵੀ ਬੋਲ ਕੁਝ ਰਾਜੇ ਬਾਰੇ ਉਹ ਕਹਿੰਦਾ ਉਹਨੇ ਮੂੰਹ ਤੇ ਚੁੱਕਿਆ ਜੋ ਲੱਕੜਾਂ ਦਾ ਕੰਮ ਕਰਦਾ ਪਿਆ ਸੀ ਕਿਹਾ ਰਾਜਨ ਉਹ ਲਿੱਦ ਦਾ ਬੱਠਲ ਤੈਨੂੰ ਹੀ ਖਾਣਾ ਪੈਣਾ ਉਹਨੇ ਜਦੋਂ ਇੰਨੀ ਗੱਲ ਕਹੀ ਤਾਂ ਉਹ ਹੈਰਾਨ ਪਰੇਸ਼ਾਨ ਹੋ ਕੇ ਉਥੇ ਸਾਰਾ ਸਮਾਨ ਛੱਡ ਕੇ ਤੇ ਚਲਾ ਗਿਆ ਜਦੋਂ ਗਿਆਨ ਸੰਤ ਜੀ ਉਹਨੇ ਤਾਂ ਮੈਨੂੰ ਪਹਿਚਾਨ ਲਿਆ ਤੇ ਨਾਲੇ ਉਹਨੇ ਮੈਨੂੰ ਐਵੇਂ ਕਿਹਾ ਵੀ ਲਿੱਦ ਦਾ ਬੱਠਲ ਤਾਂ ਤੈਨੂੰ ਹੀ ਖਾਣਾ ਪੈਣਾ ਤਾਂ ਅਗੋ ਸੰਤ ਜੀ ਕਹਿੰਦੇ ਉਹ ਵਾਹਿਗੁਰੂ ਬੰਦਗੀ ਕਰਦਾ ਰਹਿੰਦਾ ਹਰ ਸਮੇਂ ਆਪਣੇ ਕੰਮ ਦੇ ਨਾਲ ਉਹਦੇ ਜਿਹੜੇ ਹੱਥ ਨੇ ਉਹ ਕੰਮ ਕਰਦੇ ਨੇ ਨਾ ਪਰ ਜਿਹੜੀ ਉਹਦੀ ਰਸਨਾ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਉਹ ਕਦੀ ਨਿੰਦਿਆ ਚੁਗਲੀ ਨਹੀਂ ਕਰਦਾ ਇਸ ਕਰਕੇ ਉਹਦੀ ਜੀਬ ਜਿਹੜੀ ਹੈ ਨਾ ਉੱਤੇ ਸੱਤ ਬੈਠ ਕੇ ਭਾਵੇਂ ਜੋ ਬੋਲਦਾ ਉਹ ਸੱਚ ਹੋ ਜਾਂਦਾ ਤੇ ਪਰਮਾਤਮਾ ਨੇ ਉਹਨੂੰ ਇੰਨਾ ਸਬਰ ਤੇ ਸੰਤੋਖ ਦਿੱਤਾ ਹੈ ਨਾ ਵੀ ਉਹਦੇ ਘਰ ਹਰ ਇੱਕ ਚੀਜ਼ ਚ ਸਦੀਵੀ ਖੁਸ਼ੀ ਮਿਲਦੀ। ਉਹ ਦੁਨੀਆਂ ਦਾ ਸਭ ਤੋਂ ਸੁਖੀ ਇਨਸਾਨ ਹੈ। ਕਹਿੰਦੇ ਸੰਤ ਜੀ ਫਿਰ ਕਹਿੰਦੇ ਸੰਤ ਕਹਿੰਦੇ ਵੀ ਤੈਨੂੰ ਤਾਂ ਖਾਣਾ ਪੈਣਾ। ਉਹ ਕਹਿੰਦੇ ਵੀ ਸੰਤ ਜੀ ਕੋਈ ਜੁਗਤ ਦੱਸੋ। ਸੰਤ ਜੀ ਕਹਿੰਦੇ ਜੋ ਦਵੋਗੇ ਉਹੀ ਮੁੜ ਆਏਗਾ। ਦਾਨ ਹਮੇਸ਼ਾ ਸੋਚ ਸਮਝ ਕੇ ਕਰੋ। ਜੇਕਰ ਕਿਸੇ ਨੂੰ ਕੋਈ ਘਰ ਆਉਂਦਾ ਫਟਕਾਰ ਦਿਓ ਤਾਂ ਉਹੀ ਚੀਜ਼ ਕਿਸੇ ਨਾ ਕਿਸੇ ਰੂਪ ਵਿੱਚ ਫਟਕਾਰ ਉਹ ਦੁੱਖ ਬਣ ਕੇ ਘਰ ਆਵੇਗਾ। ਕਿੰਦੇ ਸੰਤ ਜੀ ਇਹ ਕਲ ਤਾਂ ਮੈਂ ਸਮਝ ਗਿਆ ਪਰ ਦੱਸੋ ਹੁਣ ਕੀ ਕਰਾਂ ਸੰਤ ਜੀ ਕਹਿੰਦੇ ਇਹਨੂੰ ਸਾਰੇ ਨੂੰ ਅਗਲਾ ਜਿਹੜੀ ਪਬੂਤ ਬਣ ਜੇਗੀ ਜਿਹੜੀ ਸਵਾਹ ਬਣ ਜੇਗੀ ਉਹ ਗਲਾਸ ਚ ਪਾ ਕੇ ਤੇ ਪੀ ਜਾ ਉਹਨੇ ਪੀਤੀ ਤੇ ਸੰਤ ਜੀ ਕਹਿੰਦੇ ਹੁਣ ਤਾਂ ਛੁਟਕਾਰਾ ਹੋ ਗਿਆ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੁਸੀਂ ਜੋ ਵੀ ਦਾਨ ਪੁੰਨ ਕਰਦੇ ਹੋ ਉਹ ਹਮੇਸ਼ਾ 100 ਗੁਣਾ ਹੋ ਕੇ ਤੁਹਾਨੂੰ ਮਿਲਦਾ ਭਾਵੇਂ ਕਿਸੇ ਨੂੰ ਦੁੱਖ ਦੇਵੋ ਤੇ ਭਾਵੇਂ ਕਿਸੇ ਨੂੰ ਸੁੱਖ ਦੇਵੋ ਇਸ ਲਈ ਜਦੋਂ ਵੀ ਕੋਈ ਜ਼ਰੂਰਤਮੰਦ ਦਿਖੇ ਤੈਨੂੰ ਹਮੇਸ਼ਾ ਪ੍ਰਸ਼ਾਦਾ ਸ਼ਕਾਉਣੇ ਸ਼ਕਾਇਆ ਕਰੋ ਨਾ ਕਿਉਂ ਉਹਨੂੰ ਫਟਕਾਰ ਦਿਆ ਕਰੋ ਕੁੱਤਾ ਬਿੱਲੀ ਜਨੌਰ ਜੋ ਵੀ ਮਿਲੇ ਉਹਨੂੰ ਪ੍ਰਸ਼ਾਦਾ ਚਕਾਇਆ ਕਰੋ ਕਿਉਂਕਿ ਉਹਨਾਂ ਦੀ ਅਸੀਸ ਤੁਹਾਡੇ ਘਰ ਬਰਕਤ ਦੇ ਖਜ਼ਾਨੇ ਭਰਤੇਗਾ ਤੇ ਤੁਹਾਡੇ ਘਰ ਹਮੇਸ਼ਾ ਸੁੱਖ ਤੇ ਹਮੇਸ਼ਾ ਪਿਆਰ ਹੀ ਰਹੇਗਾ